नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। ਸ਼ਹੀਦ ਅਮਰ ਰਹਿਣ, ਕੇਂਦਰ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ, ਅਜੇ ਮਿਸ਼ਰਾ ਟੈਣੀ ਮੁਰਦਾਬਾਦ, ਆਸ਼ਿਸ਼ ਮਿਸ਼ਰਾ ਟੈਣੀ ਮੁਰਦਾਬਾਦ, ਕਿਸਾਨਾਂ ਦੇ ਕਾਤਲ ਮੁਰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਗੱਲ ਇਵੇਂ ਹੈ ਕਿ ਜਦੋਂ ਪਿਛਲਾ ਕੇਂਦਰ ਸਰਕਾਰ ਤੋਂ ਖੇਤੀ ਵਿਰੋਧੀ 3 ਕਾਲੇ ਕਾਨੂੰਨ ਬਣਾਉਣ ਦੇ ਸਮੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਸੀ, ਉਸ ਵੇਲੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਲਖੀਮਪੁਰ ਖੀਰੀ ਏਰੀਏ ਦੇ ਵਿੱਚ ਤਕੁਨੀਆਂ। ਉੱਥੇ ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟਹਿਣੀ ਦੇ ਵਿਗੜੇ ਹੋਏ ਬੇਟੇ ਆਸ਼ਿਸ਼ ਮਿਸ਼ਰਾ ਟਹਿਣੀ ਨੇ ਉਹਨਾਂ ਕਿਸਾਨਾਂ ਦੇ ਉੱਤੇ ਆਪਣੀ ਗੱਡੀ ਚੜ੍ਹਾਤੀ, ਜਿਸ ਨਾਲ ਮੌਕੇ ਦੇ ਉੱਤੇ ਇੱਕ ਪੱਤਰਕਾਰ ਸਮੇਤ 5 ਕਿਸਾਨਾਂ ਦੀ ਮੌਤ ਹੋ ਗਈ। ਸੋ ਉਹਨਾਂ ਦਾ ਇਨਸਾਫ ਹਾਲਾਂ ਤੱਕ ਨਹੀਂ ਮਿਲਿਆ। ਸੰਗੀਨ ਜੋ ਧਰਾਵਾਂ ਬਣਦੀਆਂ ਸੀਗੀਆਂ ਜਿਹੜੀਆਂ ਉਹ ਲੱਗੀਆਂ, ਜਿਸ ਦੇ ਤਹਿਤ ਸਜ਼ਾ ਉਮਰ ਕੈਦ ਜਾਂ ਸਜ਼ਾ ਮੌਤ ਹੁੰਦੀ ਹੈ, ਅਤੇ ਸਿਰਫ ਸਿਆਸੀ ਹੋਣ ਕਰਕੇ, ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਬੇਟਾ ਹੋਣ ਕਰਕੇ ਉਹ ਬਾਹਰ ਫਿਰਦਾ ਔਰ ਸਰਕਾਰੀ ਸਮਾਗਮਾਂ ਦੇ ਵਿੱਚ ਉਹ ਭਾਗ ਲੈਂਦਾ ਰਿਹਾ, ਉਹਨੂੰ ਜ਼ਮਾਨਤ ਮਿਲ ਚੁੱਕੀ ਹੈ। ਸੋ ਇਸ ਰੋਸ ਵਜੋਂ ਉਸ ਲਈ ਅਸੀਂ ਅੱਜ SKM ਨੋਨ ਪੋਲੀਟੀਕਲ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ। ਸੋ ਅੱਜ ਗੁਰਦਾਸਪੁਰ ਅਸੀਂ ਇਸ ਚੀਜ਼ ਦੇ ਲਈ ਬੈਠੇ ਹਾਂ, ਨਾਲ ਹੀ ਸਾਡਾ MSP ਜਿਹੜੀਆਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਉਹਦੇ ਉੱਤੇ, ਔਰ ਨਾਲ ਦੀ ਸਾਡਾ ਆ ਕੀ ਹੈ ਅੱਜ ਜਿਹਨੂੰ ਆਪਾਂ ਕਹਿੰਦੇ ਹਾਂ ਫਸਲਾਂ ਮੰਡੀ 'ਚ ਰੁੜ ਰਹੀਆਂ ਨੇ, ਬਾਸਮਤੀ ਕੌਡੀਆਂ ਦੇ ਭਾਅ ਵਿਕ ਰਹੀ ਹੈ, ਠੀਕ ਹੈ। ਆੜ੍ਹਤੀ ਅਤੇ ਸ਼ੈਲਰ ਮਾਲਕ ਜਿਹੜੇ ਨੇ ਉਹ ਹੜਤਾਲ 'ਤੇ ਨੇ, ਝੋਨਾ ਕੋਈ ਵਿਕਣ ਦੀ ਸੰਭਾਵਨਾ ਨਹੀਂ ਲੱਗਦੀ, ਕੋਈ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਹੈਗੇ। ਸੋ ਇਸ ਦੇ ਲਈ ਸਾਰਾ ਕੁਛ ਨੂੰ ਲੈ ਕੇ ਅਸੀਂ ਇੱਥੇ ਬੈਠੇ ਹਾਂ, ਔਰ ਸਭ ਤੋਂ ਪਹਿਲਾਂ ਅਸੀਂ ਇਹ ਸਾਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਸ਼ਹੀਦ ਹੋਏ ਹੈ ਅੱਜ ਦੇ ਦਿਨ, ਪੱਤਰਕਾਰ ਸਮੇਤ 5 ਕਿਸਾਨ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਹਨਾਂ ਦੇ ਲਈ ਅਸੀਂ ਜੋ ਅਰਦਾਸ ਬੇਨਤੀ ਕਰਕੇ ਅਤੇ ਫਿਰ ਇਹ ਪ੍ਰੋਗਰਾਮ ਜਿਹੜਾ ਉਹਨੂੰ ਸ਼ੁਰੂ ਕਰਾਂਗੇ। ਕਿੰਨੇ ਵਜੇ ਤੱਕ ਧਰਨਾ ਹੈਗਾ? ਇਹ 2:30 ਵਜੇ ਤੱਕ, 2 ਘੰਟੇ ਦਾ ਪ੍ਰੋਗਰਾਮ ਹੈ। ਸੋ ਇਹਨੂੰ ਅਸੀਂ 2.5 ਘੰਟੇ ਦਾ ਰੱਖਿਆ, ਯਾਨੀ ਕਿ ਸੰਕੇਤਕ ਸਰਕਾਰ ਲਈ, ਔਰ ਜੇਕਰ ਸਰਕਾਰ ਨਹੀਂ ਸਮਝਦੀ ਤਾਂ ਫਿਰ ਕੋਈ ਗੱਲ ਨਹੀਂ, ਫਿਰ ਆਉਣ ਵਾਲੇ ਸਮੇਂ ਦੇ ਵਿੱਚ
ਸੰਘਰਸ਼ ਜਿਹੜਾ ਹੈਗਾ ਉਹ ਇਸ ਤੋਂ ਵੀ ਤਿੱਖਾ ਦਿੱਤਾ ਜਾ ਸਕਦਾ। ਸਰ ਫਿਲਹਾਲ ਤੇ ਕੋਈ ਅਜੇ ਨਹੀਂ ਹੋਈ, ਲੇਕਿਨ ਇੱਕ ਗੱਡੀ DM ਦੀ ਜਿਹੜੀ ਵੇਰ ਕਿਤੇ ਜਾਂਦੀ ਆ ਉਹ ਹੋਣ ਦੀ ਸੰਭਾਵਨਾ। ਜੇ ਬਾਕੀ ਗੱਡੀ ਸਾਡੇ ਕੋਲ 2:30 ਤੋਂ ਬਾਅਦ ਹੀ ਪਹੁੰਚਣ ਦਾ ਟਾਈਮ ਆ, ਇਸ ਕਰਕੇ ਦੂਸਰੀਆਂ ਗੱਡੀਆਂ ਨਹੀਂ ਪ੍ਰਭਾਵਿਤ ਹੋਣਗੀਆਂ। ਇੱਕ ਹੀ ਗੱਡੀ ਜਿਹੜੀ ਆ ਪਠਾਨਕੋਟ ਵੇਰ ਕਿਤੇ ਜਾਂਦੀ ਆ ਉਹੀ ਪ੍ਰਭਾਵਿਤ ਹੋ ਸਕਦੀ ਆ। ਰੋਜ਼ਾਨਾ ਸਾਡੇ ਕੋਲ 22 ਗੱਡੀਆਂ ਨਿਕਲਦੀਆਂ।